ਡੇਢ ਲੱਖ ਦੇ ਹਿਸਾਬ ਨਾਲ ਮੇਰੇ ਤੋਂ ਪੈਸੇ ਲਏ। ਹਾਂਜੀ, ਓਦੋ ਬਾਅਦ ਫੇਰ ਮੇਰੀਆਂ ਪੰਜ ਗੱਡੀਆਂ ਮਸ਼ੀਨ ਚ ਕਾ ਲਈ। ਹਾਂਜੀ, ਫੇਰ 6 ਲੱਖ ਰੁਪਇਆ ਲਿਆ। ਅੱਛਾ ਜੀ, ਤਾਂ ਮੇਰੀਆਂ ਗੱਡੀਆਂ ਛੁੱਟ ਰਹੀ ਮੈਂ ਛੱਡੂ ਹੁਣ। ਮਤਲਬ ਥੋ ਤੋਂ ਇਹ ਫਿਰ ਆਪ ਲੈਣੇ ਪੈਸੇ ਤੁਸੀਂ ਖਾਤੇ ਖੁਤੇ ਚ ਪਾਏ ਪੈਸੇ ਦੇ? ਵੀਰੇ ਨਿੱਕਾ ਇਹਦਾ ਡਰਾਈਵਰ ਤੇ ਸਾਡਾ ਪ੍ਰਧਾਨ ਅਮਰੀਕ ਨੱਤ। ਹੈਲੋ ਹੈਲੋ, ਹਾਂਜੀ 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 ਬਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਆਪਣੇ ਟਿੱਬੇ ਤੋਂ ਬੋਲਦੇ ਤੁਸੀਂ? ਕਟਾਣਾ ਸਾਹਿਬ ਤੋਂ ਬੋਲਦੇ ਜੀ। ਅੱਛਾ ਜੀ, ਕਟਾਣਾ ਸਾਹਿਬ ਤੋਂ, ਠੀਕ ਆ ਠੀਕ ਆ ਜੀ। ਹਾਂਜੀ, ਮੈਂ ਵੀਰੇ ਆਪਣੇ ਹਲਕਾ ਪੈਰ ਤੋਂ ਗੱਲ ਕਰ ਰਿਹਾ ਸੀ, ਮਨਦੀਪ ਸਿੰਘ। ਹਾਂਜੀ, ਆਮ ਆਦਮੀ ਪਾਰਟੀ ਦਾ ਸੋਸ਼ਲ ਮੀਡੀਆ ਇੰਚਾਰਜ ਆ ਮੈਂ। ਹਾਂਜੀ ਹਾਂ, ਇੱਕ ਆਹ ਤੁਹਾਡੀ ਆਹ ਪੋਸਟ ਲਈ ਹੋਈ ਆ ਵਾਇਰਲੀ, ਆਹ ਅਸਲੀਅਤ ਆ ਜੀ ਗੱਲ, ਇਹ ਸੱਚੀ ਆ? ਬਿਲਕੁਲ ਵੀਰੇ, 100% ਸੱਚੀ ਆ। ਜਿਹੜੇ ਮਰਜ਼ੀ ਗੁਰਦੁਆਰੇ ਚੜਵਾ ਕੇ ਕਹਿ ਲਈ, ਸਾਰੇ ਬੰਦਿਆਂ ਨੇ ਜਿੰਨੇ ਨੇ ਸਾਰੇ ਕਹਿਣਗੇ। ਓਕੇ ਠੀਕ ਆ ਜੀ, ਉਹੀ ਅਸੀਂ ਹੈਰਾਨ ਰਹਿ ਗਏ ਚੀਜ਼ਾਂ ਦੇਖ ਕੇ। ਦੇਖੋ ਚਲੋ, ਅਸੀਂ ਨਾ ਮਤਲਬ 25 ਲੱਖ ਰੁਪਇਆ ਮੇਰੇ ਤੋਂ ਲੈ ਕੇ ਨਾ, ਹਾਂਜੀ ਕੱਲ ਵੀ ਕਹਿੰਦਾ ਤੇਰੀ ਮਖਾ ਤੇਰੀ ਭੈ ਕੌਣ ਕਹਿੰਦਾ ਸੀ ਇਹ? ਗਿਆਸਪੁਰਾ। ਅੱਛਾ, ਤੁਹਾਨੂੰ ਇਹ ਫੋਨ ਤੇ ਕਹੀ ਗੱਲ ਜਾਂ ਫੇਸ ਟੂ ਫੇਸ? ਸੁਨੇਹਾ ਭੇਜਦਾ ਮੇਰੇ ਪਿੰਡ ਦਾ ਬੰਦਾ ਸੀ, ਘੇਰਿਆ ਦਰਾਇਆ ਸੀ ਕਿ ਆ ਤੇਰੀ ਭੈਣ, ਤੂੰ ਜਾ ਕੇ ਉੱਥੇ ਮਸ਼ੀਨਾਂ ਤੇ ਗਿਆਸਪੁਰੇ ਦੇ ਗੁੰਡੇ ਭੇਜਦਾ, ਸਿੱਧਾ ਹੀ ਟੱਕਰ ਲਾ। ਬਿਲਕੁਲ ਜੀ ਬਿਲਕੁਲ। ਹਾਂ ਨਹੀਂ, ਦੇਖੋ ਅਸੀਂ ਨਾ ਚਲੋ ਹੈਗੇ ਆਮ ਆਦਮੀ ਪਾਰਟੀ ਜੀ, ਚਲੋ ਕਟਾਣਾ ਸਾਹਿਬ ਦੀ। ਬਿਲਕੁਲ ਨਹੀਂ, ਚਲੋ ਅਸੀਂ ਸਮਝਦੇ ਪਾਈਆਂ ਨੇ ਲੋਕਾਂ ਨੇ ਵੋਟਾਂ, ਅਸੀਂ ਤੁਹਾਨੂੰ ਵੀ ਕਹਿੰਦੇ ਤੁਸੀਂ ਵੀ ਪਾਈਆਂ ਨੇ, ਅਸੀਂ ਵੀ ਪਾਈਆਂ ਵੋਟ ਇਹਨੂੰ। ਤੇ ਮਤਲਬ ਆਹ ਜੋ ਕੁਝ ਹੋ ਰਿਹਾ, ਚਲੋ ਇਹ ਨਾ ਉੱਪਰ ਹੁਣ ਬਦਨਾਮੀ ਤਾਂ ਦੇਖੋ ਜੀ ਸਰਕਾਰ ਦੀ ਹੋ ਰਹੀ ਆ ਨਾ, ਜੇ ਵਜ਼ੀਰ ਮਾੜੇ ਚੜਾ ਲਾ ਵੀ ਬਖਸ਼ੀਸ਼ ਤੋਂ ਤੂੰ 25 ਲੱਖ ਰੁਪਇਆ ਨਹੀਂ ਲਿਆ। ਅੱਛਾ ਜੀ, ਥੋਤੋ ਜਿਹੜੀ ਨਗਦ ਲੈ ਗਿਆ 25 ਲੱਖ, ਇਹ ਆਪ ਲੈ ਗਿਆ? ਅੱਠ 12 ਗੱਡੀਆਂ ਇੱਕ ਮਸ਼ੀਨ ਤੇ ਪਹਿਲਾਂ ਪਰਚਾ ਕਰਾਇਆ। ਹਾਂਜੀ, ਫੇਰ ਕਿੱਲੇ ਦੇ ਹਿਸਾਬ ਨਾਲ ਇਹਨੇ 1.5 ਲੱਖ ਦੇ ਹਿਸਾਬ ਨਾਲ ਮੇਰੇ ਤੋਂ ਪੈਸੇ ਲਏ। ਹਾਂਜੀ, ਉਦੋਂ ਬਾਅਦ ਫੇਰ ਮੇਰੀਆਂ 5 ਗੱਡੀਆਂ ਮਸ਼ੀਨ ਚ ਕਾ ਲਈ। ਹਾਂਜੀ, ਫੇਰ 6 ਲੱਖ ਰੁਪਇਆ ਲਿਆ। ਅੱਛਾ ਜੀ, ਤਾਂ ਮੇਰੀਆਂ ਗੱਡੀਆਂ ਛੁੱਟ ਰਹੀ ਮੈਂ ਛੱਡੂ ਹੁਣ। ਮਤਲਬ ਥੋ ਤੋਂ ਇਹ ਫਿਰ ਆਪ ਲੈਣੇ ਪੈਸੇ ਤੁਸੀਂ ਖਾਤੇ ਖੁਤੇ ਚ ਪਾਏ ਪੈਸੇ ਦੇ? ਵੀਰੇ ਨਿੱਕਾ ਇਹਦਾ ਡਰਾਈਵਰ ਤੇ ਸਾਡਾ ਪ੍ਰਧਾਨ ਅਮਰੀਕ ਨੱਤ। ਅੱਛਾ ਜੀ, ਅਮਰੀਕ ਨੱਤ ਪੈਸੇ ਲਿਜਾ ਕੇ ਦਿੰਦਾ ਇਹਨਾਂ ਨੂੰ ਜੀ। ਓਕੇ ਓਕੇ, ਅਮਰੀਕ ਨੱਤ ਜਿਹੜੀ ਨਾ ਸੈਟਿੰਗ ਆ ਉਹਦੀ ਮਤਲਬ? ਹਾਂਜੀ ਹਾਂਜੀ। ਅੱਛਾ ਅੱਛਾ ਵੀਰੇ, ਇਹ 100 ਖਾ ਲੈਣ ਚਾਹੇ ਸਾਡਾ ਗੱਲ ਵੜਦੇ ਹੋਏ ਗੁਰਦੁਆਰੇ 100 ਖਾ ਲੈ ਵੀ ਪੈਸੇ ਨਹੀਂ ਲਏ। ਉਹ ਨਹੀਂ, 100 ਦਾ ਤਾਂ ਇੱਕਣਾ ਦੇਖੋ ਜੀ, 100 ਦਾ ਨਾ ਜਿਵੇਂ ਕਹਿ ਦਈਏ ਵੀ ਇਹ ਖਾ ਵੀ ਲੈਣਗੇ। ਮੈਂ ਮੋਟੀ ਗੱਲ ਦੱਸਦਾ, ਖਾ ਵੀ ਲੈਣਗੇ। ਇਹਦਾ ਤਾਂ ਤੁਸੀਂ ਨਾ ਹੋਰ ਕਰਿਓ ਜੀ, ਠੀਕ ਆ? ਜੇ ਤੁਸੀਂ ਸਹੀ ਹੋ ਜਾਏਗਾ, ਤੁਸੀਂ ਐਫੀਡੇਵਿਟ ਬਣਾ ਕੇ ਦੇਣ ਲਈ ਤਿਆਰ ਰਹੋ ਬਸ। ਅਸੀਂ ਤਾਂ ਵੀਰੇ ਤਿਆਰ ਆ, ਅਸੀਂ ਤਾਂ ਅੱਜ ਮੁੱਖ ਮੰਤਰੀ ਨੂੰ ਬੁਲਾ ਰਹੇ ਆ ਅਸੀਂ ਚੱਲਿਆ ਦੇਣ। ਬਸ ਤੁਸੀਂ ਐਫੀਡੇਵਿਟ ਨੋਟਰੀ ਟੈਸਟ ਕਰਾ ਕੇ ਲਿਖਾ ਲਓ ਜੀ। ਸਾਰਾ ਕੁਝ ਕਰਾਈ ਬੈਠਿਆ ਵੀਰੇ, ਸਾਡਾ 1:30 ਵਜੇ ਦਾ ਟਾਈਮ ਆ ਮੁੱਖ ਮੰਤਰੀ ਨੇ ਆਉਣਾ ਸਾਰਿਆਂ। ਹਾਂ ਜੀ ਹਾਂ, ਕਿਉਂਕਿ ਸਾਨੂੰ ਵੀ ਦੁੱਖ ਲੱਗਦਾ ਇਹ ਚੀਜ਼ਾਂ ਦਾ ਨਾ, ਮਤਲਬ ਜਦੋਂ ਆਪਣੀ ਪਾਰਟੀ ਦਾ ਬੰਦਾ ਇਦਾਂ ਕਰਦਾ ਤਕਲੀਫ ਹੁੰਦੀ ਆ ਸਾਨੂੰ ਵੀ। ਵੀਰੇ ਮੈਂ ਤੈਨੂੰ ਕਸਮ ਦਵਾ ਕੇ ਆਪਦੇ ਬੱਚਿਆਂ ਦੀ ਕਸਮ ਖਾ ਕੇ ਕਹਿਣਾ, ਨਹੀਂ ਚਲੋ ਪੈਸੇ ਦਿੱਤੇ ਨੇ ਬੰਦੇ ਨੂੰ ਘਰੋਂ ਸੋਨਾ ਵੇਚ ਕੇ। ਨਹੀਂ ਸਾਨੂੰ ਪਤਾ ਹੀ ਕਰਦਾ, ਸਾਡੇ ਪਿੰਡੋਂ ਗ੍ਰਾਂਟ ਗਾਇਬ ਹੋ ਗਈ, ਖੁਦ ਸਾਨੂੰ ਰਾਹ ਨਹੀਂ ਦੇ ਰਿਹਾ ਇਹ। ਚੈਲੰਜ ਕਰਤਾ ਵੀ ਜਿਹੜਾ ਸਾਡੀ ਗੱਡੀ ਸਿਵਲ ਵਰਦੀ ਅਸੀਂ ਫੜ ਲਿਆ ਸੀ ਉਹਦੀਆਂ ਲੱਤਾਂ ਦੇਣੀਆਂ ਨੇ ਤੋੜ ਕਰਕੇ। ਬਿਲਕੁਲ ਜੀ ਹਾਂ, ਓਕੇ। ਨਹੀਂ ਇਹ ਜਿਵੇਂ ਬਾਈ ਆਪਣੇ 3 ਫੁੱਟ ਤੱਕ ਮਨਜ਼ੂਰੀ ਮਿਲਦੀ ਆ ਆਪਾਂ ਨੂੰ? ਕੀ ਮਨਜ਼ੂਰੀ ਵਾਲੇ ਤੇ ਵੀ ਕਹਿੰਦਾ ਪੈਸੇ ਦਿਓ, ਕਹਿੰਦਾ ਨਹੀਂ ਛੋਟੀ ਮਾਂ ਕਹਿੰਦਾ ਭੈਣ।
ਅੱਛਾ ਜੇ ਮਨਜ਼ੂਰੀ ਆਪਣੇ ਕੋਲ ਹੈਗੀ ਆ ਫਿਰ ਤਾਂ ਕੋਈ ਹੱਕੇ ਨਹੀਂ ਬਣਦਾ ਪੈਸੇ ਸਾਰਾ ਕੁਛ ਆ ਮਨਜ਼ੂਰੀ ਤੇ ਮੇਰੀਆਂ ਗੱਡੀਆਂ ਫੜਾਈਆਂ ਨੇ ਅੱਛਾ ਹਾਂ ਇਹ ਮੈਂ ਕਹਿੰਦਾ ਦਰਾਹੇ ਥਾਣੇ ਚ ਫੜੀਆਂ ਸੀ ਥੋੜੀਆਂ ਹਨਾ ਜੀ ਸ਼ਾਇਦ ਹਾਂ ਜੀ ਦਰਾਹੇ ਥਾਣੇ ਚ ਉਦੋਂ SHO ਇੱਥੇ ਸ਼ਾਇਦ ਵਿਜੇ ਸੀਗਾ ਜੀ ਵਿਜੇ ਵਿਜੇ ਓਕੇ ਓਕੇ ਹੁਣ ਕਹਿੰਦਾ ਕਹਿੰਦਾ ਵਿਜੇ ਖਾ ਗਿਆ ਪੈਸੇ ਅੱਛਾ ਵਿਜਾ ਕਹਿੰਦਾ ਮੈਂ ਕਿਵੇਂ ਖਾ ਗਿਆ ਪੈਸੇ ਕਹਿੰਦਾ ਚੜ ਗੁਰਦੁਆਰੇ ਵਿਜੇ ਕਹਿੰਦਾ ਤੂੰ ਹਾਂ ਠੀਕ ਆ ਸਹੀ ਗੱਲ ਆ ਹਾਂ ਨਹੀਂ ਕੋਈ ਨਾ ਤੁਸੀਂ ਮੇਰਾ ਰੱਖੋ ਨੰਬਰ ਬਾਈ ਜੀ ਚੰਗਾ ਰੱਖੋ ਆਪਣੇ ਕੋਈ ਗੱਲ ਨੀ ਆਪਾਂ ਉੱਪਰ ਤੱਕ ਜੁੜੇ ਹੋਏ ਆ ਇਹੋ ਜਿਹੀ ਗੱਲ ਨੀ ਤੁਸੀਂ ਦੇਖਿਓ ਇਹਦਾ ਅਸੀਂ ਤਾਂ ਭਾਈ ਤੁਹਾਨੂੰ ਸੱਚੀ ਗੱਲ ਦੱਸਾਂ ਅਸੀਂ ਘੱਟੋ ਘੱਟ 10,000 ਬੰਦਾ ਅਸੀਂ ਤਾਂ ਮੋਟਰਸਾਈਕਲਾਂ ਤੇ ਗੱਡੀਆਂ ਤੇ ਆ ਜਿਹੜਾ ਆਪਣਾ ਹਲਕਾ ਪੈਂਦਾ ਨਾ ਸਾਡੇ ਪਿੰਡ ਤੋਂ ਸ਼ੁਰੂ ਆ ਫਤਿਹਗੜ੍ਹ ਹਲਕਾ ਹਾਂਜੀ ਇਹਦਾ ਸਾਰੇ ਹਲਕੇ ਚ ਅਸੀਂ ਇਹਦਾ ਜਲੂਸ ਕੱਢਣਾ ਪਿੰਡਾਂ ਚ ਬੋਲ ਬੋਲ ਕੇ ਹੈਗੀਆਂ ਨੇ ਕਮੀਆਂ ਜੀ ਅਸੀਂ ਮੰਨਦੇ ਆ ਚੀਜ਼ ਕੋਈ ਸ਼ੱਕ ਨਹੀਂ ਹੈਗੀਆਂ ਨੇ ਕਮੀਆਂ ਹੁਣ ਇਸੇ ਗੱਲ ਤੇ ਅਸੀਂ ਕੰਮ ਤੇ ਨਾ ਖੜਾ ਸੁਣ ਲਾ ਮੇਰੀ ਗੱਲ ਹਾਂਜੀ ਹਾਂਜੀ ਅਸੀਂ ਹੁਣ ਇਸੇ ਕੰਮ ਤੇ ਆ ਹੁਣ ਇਹਦਾ ਅਸੀਂ ਜਲੂਸ ਹੀ ਕੱਢਣਾ ਫਤਿਹਗੜ੍ਹ ਹਲਕੇ ਚੋਂ ਇਹਦੀ ਅਸੀਂ ਬੱਸ ਕਢਾ ਦਾਂਗੇ ਹੁਣ ਇਹ ਤਾਂ ਕੋਈ ਗੱਲ ਨੀ ਨਾ ਹੋਊ ਜੀ ਹੋਊ ਮਾੜੀ ਨਾ ਕੋਈ ਅਜੀ ਗੱਲ ਨਾ ਅਸੀਂ ਦਰਵਾਜ਼ਿਆਂ ਤੱਕ ਜਾ ਜਾ ਹੰਭ ਕੇ ਉਹਨੇ ਵੀ ਸਾਡੀ ਇੱਕ ਗੱਲ ਨਹੀਂ ਸੁਣੀ ਅਸੀਂ ਘੱਟੋ ਘੱਟ 1,000 ਲੈਟਰ ਦੇਤਾ ਅੱਛਾ ਜੀ ਹਾਂ ਜੀ ਇੱਕ ਵੀ ਗੱਲ ਨਹੀਂ ਸੁਣੀ ਉਹਨੇ ਸਾਡੀ ਨਹੀਂ ਇਹਦੇ ਬਾਰੇ ਦਿੱਤਾ ਸੀ ਤੁਸੀਂ ਇਦਾਂ ਵੀ ਪੈਸੇ ਲੈਣੇ ਸਾਤੋਂ ਨੇ ਵੀਰੇ ਪੈਸੇ ਦਿੱਤੇ ਉਹਨੂੰ ਕਿਹਾ ਸਾਨੂੰ ਰਾਇਲਟੀ ਲਾ ਲਾ ਸੁਣ ਲਾ ਗੱਲ ਹਾਂਜੀ ਇਹ ਤਾਂ ਰਾਇਲਟੀ ਨਾਲੋਂ ਵੀ ਉੱਤੇ ਪੈਂਦੇ ਨੇ ਨਾਲੇ ਅਸੀਂ ਚੋਰ ਬਣਦੇ ਆ ਰਾਤਾਂ ਨੂੰ ਬਿਲਕੁਲ 7-3 ਲੱਖ ਰੁਪਇਆ ਅਸੀਂ ਕਿੱਲੇ ਦੀ ਰਾਇਲਟੀ ਉਹ ਦੇ ਦਾਂਗੇ ਦਿਨੇ ਕੰਮ ਕਰਾਂਗੇ ਸਹੀ ਗੱਲ ਆ ਸਹੀ ਗੱਲ ਆ ਜੀ ਬਿਲਕੁਲ ਕੋਈ ਪਾਲਿਸੀ ਬਣਾਵੇ ਤਾਂ ਸਰਕਾਰ ਹੋਊਗਾ ਜੀ ਹੋਣਗੀਆਂ ਹੋਣਗੀਆਂ ਜੀ ਹੋਣਗੀਆਂ ਪਾਲਿਸੀਆਂ ਬਣਨਗੀਆਂ ਕੋਈ ਗੱਲ ਨਹੀਂ ਟੈਕਸਾਂ ਲੱਗਣ ਤੋਂ ਸਭ ਕੁਝ ਹੋਊਗਾ ਹਾਲੇ ਚੀਜ਼ਾਂ ਜੇ ਫੈਕਟਰੀ ਵਾਲੇ 2 ਰੁਪਏ 95 ਪੈਸੇ ਫੁੱਟ ਰਾਇਲਟੀ ਭਰਦੇ ਸੀ ਉਹ ਵੀ ਇਹਨਾਂ ਨੇ ਬੰਦ ਕਰਤੀ ਕਹਿੰਦੇ ਨਹੀਂ ਸਾਨੂੰ ਇਹ ਪੈਸੇ ਦਓ ਇਹ ਆਪਣੇ ਸਰਕਾਰ ਕਹਿੰਦੀ ਜਾਂ MLA ਕਹਿੰਦੀ ਸਰਕਾਰ ਕਹਿੰਦੀ ਆ ਵੀ ਸਾਨੂੰ ਪੈਸੇ ਦਿਓ ਖਜ਼ਾਨੇ ਦੀ ਲੋੜ ਨਹੀਂ ਰਾਇਲਟੀ ਦੀ ਤੁਸੀਂ ਇਹਨਾਂ ਨੂੰ ਨਾ ਦਿਓ ਮਹਿਕਮੇ ਨੂੰ ਤੁਸੀਂ ਸਾਨੂੰ ਇਹ ਪੈਸੇ ਦੇ ਕੇ ਕੰਮ ਕਰੋ ਹਾਂ ਜੀ ਓਕੇ ਓਕੇ ਆਹੋ ਮੈਂ ਤਾਂ ਅੱਜ ਨਾ ਇੱਥੇ ਸੀਗਾ ਪੈਲ ਹੀ ਇੱਥੇ ਚਲੋ ਮੈਂ ਪਟਵਾਰਖਾਨੇ ਆਇਆ ਸੀ ਉਹ ਚੱਲਦੀ ਸੀ ਗੱਲ ਹਾਂ ਮਤਲਬ ਸਾਰੀ ਆਹ ਵਾਇਰਲ ਹੋ ਗਈ ਆ ਖਾਸੀ ਤੁਹਾਡੀ ਆ ਤਾਂ ਵਾਇਰਲ ਹੋ ਗਈ ਸਾਰੇ ਕਿਤੇ ਚੱਲ ਗਈ ਹੁਣ ਹਾਂ ਜੀ ਹਾਂ ਹਾਂ ਚਲੋ ਕੋਈ ਨਾ ਕੋਈ ਨਾ ਤੁਸੀਂ ਰਹੋ ਬੇਫਿਕਰ ਮਿਲੋ ਤੁਸੀਂ ਮੁੱਖ ਮੰਤਰੀ ਨੂੰ ਇੱਕ ਵਾਰ ਕੋਈ ਦਰਵਾਜ਼ਾ ਨਹੀਂ ਛੱਡਿਆ ਜਾਣੀ ਨਹੀਂ ਨਹੀਂ ਮਿਲੋ ਤੁਸੀਂ ਮੁੱਖ ਮੰਤਰੀ ਨੂੰ ਮਿਲੋ ਪਿੰਡ ਦਾ ਸਰਪੰਚ ਆ 10ਵਾਂ ਸਾਲ ਸਾਡੇ ਕੋਲ ਸਰਪੰਚ ਹੀ ਆ ਹੁਣ ਮੰਨ ਕੇ ਚੱਲੋ ਤਾਂ ਚਲੋ ਕੈਂਸਲ ਹੋ ਗਈ ਠੀਕ ਆ ਜੀ ਪਿੰਡ ਨੇ ਮੈਨੂੰ ਸੰਮਤੀ ਨਾਲ ਬਣਾਇਆ ਪਹਿਲਾਂ ਫਿਰ ਅਸੀਂ ਵੋਟਾਂ 'ਚ ਜਿੱਤ ਕੇ ਬਣੇ ਠੀਕ ਆ ਠੀਕ ਆ ਜੀ ਇਹ ਹੁਣ 2 ਬੰਦਿਆਂ ਦੀ ਗੱਲ ਸੁਣ ਕੇ ਇਹ ਸਾਨੂੰ ਠੋਕਣ ਲੱਗਿਆ ਹੋਇਆ ਨਹੀਂ ਨਹੀਂ ਐਂ ਥੋੜੀ ਹੁੰਦਾ ਜੀ ਜੋ ਸਹੀ ਆ ਉਹ ਤਾਂ ਸਹੀ ਹੋ ਰਹੂਗਾ ਉਹ ਤਾਂ ਗੱਲ ਆ ਉਹ ਜਿਹੜੇ 2 ਬੰਦੇ ਨੇ ਇਹਦੇ ਸਾਡੇ ਪਿੰਡ 'ਚ ਉਹ ਰੇਤਾ ਸਰਿਆਮ ਚੋਰੀ ਕਰਕੇ ਲਿਆਉਂਦੇ ਨੇ ਅਸੀਂ ਤਾਂ ਕਹਿੰਦੇ ਰੇਤੇ ਨੂੰ ਵੀ ਨੀ ਵੀਰੇ ਜਾਂਦੇ ਤੁਹਾਡੇ ਮੈਂ ਕਹਿੰਦਾ ਇੱਕ ਤਾਂ ਉਹ ਮੁੰਡਾ ਆਪਣੇ ਕਟਾਣੇ ਤੋਂ ਜਵਿੰਦਰ ਕੀ ਨਾਮ ਉਹਦਾ ਉਹੀ 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 ਅੱਛਾ ਜਵਿੰਦਰ ਦੇਖਣ ਦਾ ਉਹੀ ਲੱਗਦਾ ਮਾਊ ਜਿਹਾ ਉਹ ਬਾਈ ਸੁਣ ਲਾ ਗੱਲ ਕੱਲ ਇਹ ਰੌਂਪਰ ਆਇਆ ਹਾਂ ਰੌਂਪਰਾ ਮੇਰੀ ਭੂਆ ਅੱਛਾ ਜੀ ਮੇਰੇ ਬਾਪ ਜੀ ਦੇ ਮਾਮੇ ਦੀ ਕੁੜੀ ਆ ਠੀਕ ਆ ਜੀ ਉਹਨਾਂ ਨੇ ਇਹਨੂੰ ਪਿੰਡ 'ਚ ਗਿਆਸਪੁਰੇ ਨੂੰ ਘੁਮਾਇਆ ਲੱਡੂਆਂ ਨਾਲ ਤੋਲਿਆ ਉਹਨਾਂ ਨੂੰ ਫਿਰ ਇਹ ਯਾਰ ਕੋਈ ਗੱਲਬਾਤ ਹੋਈ ਉਹਨਾਂ ਤੇ ਪਰਚਾ ਕਰਾਤਾ ਅੱਛਾ ਤੇ ਉਹਨਾਂ ਨੂੰ ਕਹਿੰਦਾ ਮੈਂ ਤੁਹਾਨੂੰ ਜਾਣਦਾ ਨਹੀਂ ਕੱਲ ਉਹਨੇ ਕੱਢੀਆਂ ਗਿਆਸਪੁਰੇ ਨੂੰ ਗਾਲਾਂ ਅੱਛਾ ਉੱਥੇ ਜਾ ਗਾਲਾਂ ਕੱਢੀਆਂ ਨਿੱਕਾ ਕਹਿੰਦਾ ਵੀ ਜਮਨਿੰਦਰ ਨੇ ਭੇਜਿਆ ਮਸ਼ੀਨ ਤੇ ਬਖਸ਼ੀਸ਼ ਦੀ ਤੇ ਭੇਜਿਆ ਤੇ ਭੁਲੇਖੇ ਨਾਲ ਸੋਡੀ ਤੇ ਆ ਗਏ ਅੱਛਾ ਮੈਂ ਮੇਰੇ ਨਾਂ ਤੇ ਮਸ਼ੀਨ ਮੈਂ ਉਹਨੂੰ ਲੈ ਕੇ ਦਿੱਤੀ ਹੋਈ ਆ ਅੱਛਾ ਠੀਕ ਆ ਠੀਕ ਆ ਉੱਥੇ ਅਸੀਂ ਉਹਨੇ ਜਮਨਿੰਦਰ ਨੂੰ ਫੋਨ ਲਾ ਲਿਆ ਵੀ ਜਮਨਿੰਦਰ ਤੂੰ ਇਕੜ ਕਰਦਾ ਕਹਿੰਦਾ ਨਹੀਂ ਕਹਿੰਦਾ ਨਿੱਕੇ ਨੇ ਮੈਨੂੰ ਕਿਹਾ ਉਹ ਕਹਿੰਦਾ ਲਾਈਨ ਤੇ ਲੈ ਉਹਨੂੰ ਫੋਨ ਤੇ ਲਾਈਨ ਤੇ ਆਇਆ ਨੀ ਫਿਰ ਉਹਦੇ ਕੋਲ ਚਲਿਆ ਗਿਆ ਅੱਛਾ ਮੁੜਦੇ ਹੋਏ ਸਾਡੀ ਜੀਨਤ ਹੋਟਲ ਦੇ ਵਿੱਚ ਮੀਟਿੰਗ ਦੀ ਉੱਥੇ ਇਕੱਠੇ ਹੁੰਦੇ ਸੀ ਜਾਨੂੰ ਜਮਨਿੰਦਰ ਆ ਗਿਆ ਇਹਦੇ ਨਾਲ ਛੋਟੀ ਜਿਹੀ ਬੱਚੀ ਸੀ ਇਹਦੀ ਅੱਛਾ ਜੀ ਪਹਿਲਾਂ ਤਾਂ ਅਸੀਂ ਇਹਦੀ ਉੱਥੇ ਕਟਾਈ ਕਰਨ ਲੱਗੇ ਫਿਰ ਅਸੀਂ ਬੱਚੀ ਕਰਦੇ ਸੀ ਤਾਂ ਤੂੰ ਘਰ ਨੂੰ ਜਾ ਨਹੀਂ ਚਲੋ ਇਹੋ ਜਿਹਾ ਕਾਹਨੂੰ ਕਰਨਾ ਨਹੀਂ ਸਿਆਣਾ ਪਾ ਜਾਵੇ ਵੀ ਹਾਂ ਕੋਈ ਗੱਲ ਨਹੀਂ ਪਰ ਬਾਈ ਯਾਰ ਇਹਨੇ ਤਾਂ ਅੱਤ ਬਹੁਤ ਚੱਕੀ ਹੋਈ ਆ ਪਤਾ ਜੀ ਸਾਰਾ ਕੁਝ ਧਿਆਨ ਚ ਪਾਰਟੀ ਇਹੋ ਜਿਹੀ ਗੱਲ ਨੀ ਹੈਗੀ
ਹਾਂਜੀ ਹਾਂ ਕੋਈ ਨਾ, ਤੁਸੀਂ ਨੰਬਰ ਮੇਰਾ ਰੱਖੋ ਸੇਵ ਕਰਕੇ, ਹੈ ਨਾ ਜੀ, ਕੋਈ ਗੱਲ ਬਸ ਨੀ। ਠੀਕ ਆ ਜੀ। ਕੀ ਹਾਂ ਨਾਮ ਆ ਵੀਰੇ ਆਪਣਾ? ਮਨਦੀਪ ਆ ਵੀਰੇ, ਨਾਮ ਭੱਠਾ ਵਾਲਾ ਮੇਰਾ ਪਿੰਡ, ਮੈਂ ਇੱਥੇ ਕਟਾਣੀਓ ਪਿਆ ਹੋਇਆ, ਤੁਹਾਡੇ ਕਟਾਣੀ ਸਹੁਰੇ ਓਕੇ ਮੇਰੇ। ਜੀ ਓਕੇ ਓਕੇ ਹਾਂ ਜੀ ਹਾਂ ਠੀਕ ਆ ਓ ਠੀਕ ਠੀਕ।